ਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਇਸ ਹਫਤੇ ਆਵੇਗਾ ਜ਼ੋਰਦਾਰ ਮੀਂਹ ਪੂਰੀ ਜਾਣਕਾਰੀ ਲਈ ਪੂਰੀ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ 13 ਜੂਨ ਨੂੰ ਆਏ ਪ੍ਰੀ ਮੌਨਸੂਨ ਨੇ ਪੂਰਾ ਪੰਜਾਬ ਕਵਰ ਨਹੀਂ ਕੀਤਾ ਪਰ ਜੁਲਾਈ ਦੇ ਪਹਿਲੇ ਹਫਤੇ ਆਉਣ ਵਾਲੇ ਮੌਨਸੂਨ ਦੌਰਾਨ ਪੂਰੇ ਪੰਜਾਬ 'ਚ ਜੰਮ ਕੇ بارش ਹੋਵੇਗੀ ਇਹ ਜਾਣਕਾਰੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਡਾਕਟਰ ਗਿੱਲ ਨੇ ਦੱਸਿਆ ਕਿ ਜੁਲਾਈ ਦੇ ਪਹਿਲੇ ਹਫਤੇ ਆ ਰਹੇ ਮੌਨਸੂਨ ਜੰਮ ਕੇ بارش ਹੋਣ ਦੀ ਸੰਭਾਵਨਾ ਹੈ ਉਹਨਾਂ ਨੇ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਗਰਮੀ ਵਧੇਗੀ ਤੇ ਬਦਲਵਾਈ ਬਣੇ ਰਹੇਗੀ ਜਿਸ ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ ਡਾਕਟਰ ਗਿੱਲ ਨੇ ਵੀ ਦੱਸਿਆ ਕਿ ਜੂਨ ਮਹੀਨੇ ਵਿੱਚ ਬਿਲਕੁਲ ਸਹੀ 63 ਮਿਲੀਮੀਟਰ بارش ਹੋਈ ਆ ਜੋ ਕਿ ਨਾਰਮਲ 66.4 ਮਿਲੀਮੀਟਰ ਦੇ ਲਾਗੇ ਆ ਉਹਨਾਂ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਹੈ ਜੋ ਕਿ ਜੁਲਾਈ ਦੇ ਵਿੱਚ 232 ਮਿਲੀਮੀਟਰ ਤੇ ਅਗਸਤ ਦੇ ਵਿੱਚ 180 ਮਿਲੀਮੀਟਰ بارش ਦੇ ਟਿਚੇ ਨੂੰ ਪੂਰਾ ਕਰ ਸਕਦੀ ਆ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਅੱਗੇ ਦੱਸਿਆ ਕਿ ਮੌਨਸੂਨ ਸੀਜ਼ਨ ਦੇ ਦੌਰਾਨ 75 ਦਿਨ 1 ਜੁਲਾਈ ਤੋਂ 15 ਸਤੰਬਰ ਦੀ ਮਿਆਦ ਵਿੱਚ 600 ਮਿਲੀਮੀਟਰ بارش ਦਾ ਟੀਚਾ ਹੁੰਦਾ ਹੈ ਪਿਛਲੇ ਖੁਦ ਸਾਲਾਂ ਤੋਂ ਇਸ ਮਿਆਦ ਚ 10 ਕੁ ਦਿਨ ਦਾ ਵਾਅਦਾ ਹੋ ਗਿਆ ਦੋਸਤੋ ਇਹ ਮੌਸਮ ਵਿਭਾਗ ਦੇ ਡਾਕਟਰ ਵਿਗਿਆਨੀ ਜਿਹੜੇ ਕਿ ਕੁਲਵਿੰਦਰ ਕੌਰ ਗਿੱਲ ਨੇ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੰਮ ਕੇ بارش ਹੋਵੇਗੀ ਜਾਣਕਾਰੀ ਮੌਸਮ ਵਿਭਾਗ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ